ਸਤਿ ਸ਼੍ਰੀ ਅਕਾਲ ਦੀਦੀ, ਪਾਰਕ ਚ ਭਾਜਾ ਪਾਰਕ। ਲਓ ਜੀ ਡਿਨਰ ਕਰਿਆ ਸੀ, ਹੁਣ ਬੱਚੇ ਖਾ ਰਹੇ ਆਈਸਕ੍ਰੀਮ। ਗੁੰਨੂ ਫਿਰ ਸੌ ਗਿਆ। ਸਟੇਸ਼ਨ ਤੋਂ ਬਾਹਰ ਨਿਕਲਦੇ ਆ, ਹੁਣ ਨੈਕਸਟ ਟੂਰ ਸਟੇਸ਼ਨ 'ਤੇ ਪਤਾ ਨਹੀਂ ਕਦੋਂ ਦਾ ਲੱਗੂਗਾ, ਕਦੋਂ ਦਾ ਨਹੀਂ। ਕਿੱਥੇ ਆ, ਮੈਨੂੰ ਤਾਂ ਦਿਖੀ ਨਹੀਂ। ਅਤੇ ਮੈਂ ਤਾਂ ਇਹੀ ਤੁਹਾਨੂੰ ਕਹੀ ਤਾਂ ਜਾਂਦੀ ਸੀ, ਆਹ ਖੜੀ ਆ। ਗੱਡੀ ਵਾਲੇ ਤਾਂ ਹੈ ਨਹੀਂ ਭਾਈ, ਗੱਡੀ ਲੱਭ ਗਈ। ਗੱਡੀ ਵਾਲਿਓ ਹਾਜ਼ਰ ਹੋ। ਸੈਬੂ ਕੌਣ ਹੈ, ਖੋਲੋ ਗੱਡੀ। ਆਹ ਲਿਖਿਆ ਹੋਇਆ ਬਰਨ, ਗੱਡੀ ਤੋਂ ਪਤਾ ਲੱਗ ਗਿਆ ਤਾਂ ਸਮਝ। ਦੱਸੋ ਕੌਣ ਕਹਾ ਭਾਈ, ਵਧਾਈਆਂ ਭਾਈ ਤੁਹਾਨੂੰ ਸੱਚ, ਨਵੀਂ ਗੱਡੀ ਦੀਆਂ ਬਾਹਲੀਆਂ ਬਾਹਲੀਆਂ। ਤੁਸੀਂ ਸਾਨੂੰ ਨਵੀਂ ਗੱਡੀ 'ਤੇ ਲੈਣ ਆਏ। ਗੱਡੀ ਵਾਲੇ ਲਾਪਤਾ, ਪਰ ਗੱਡੀ ਵਾਲਿਆਂ ਦੀ ਵੇਟਿੰਗ ਚੱਲ ਰਹੀ ਆ। ਲੋ ਜੀ ਆ ਗਿਆ ਅਭਿਜੋਤ। ਓ ਹੋ ਸੈਬੂ ਦੇਖ, ਬਸ 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 ਕਿਵੇਂ ਆ, ਲੋ ਜੀ ਲੋ ਜੀ ਲੋ ਜੀ ਸੈਬੂ ਮਿਲ ਲਿਆ ਉਹਦੀ ਮਾਸੀ ਨੂੰ। ਕਿਵੇਂ ਬਠਿੰਡੇ ਛੱਡ ਕੇ ਆਉਣਗੇ। ਹੋਊਗਾ ਕੋਈ ਇਹੋ ਜਿਹਾ ਰਿਸ਼ਤੇਦਾਰ, ਏਦਾਂ ਦੇ ਰਿਸ਼ਤੇਦਾਰ ਦੇਖੋ ਜਿਹੜੇ ਸਾਨੂੰ ਯੂਟਿਊਬ ਤੇ ਮਿਲ ਗਈ, ਸਾਡੀ ਫੈਮਿਲੀ, ਗੁੱਡ ਫੈਮਿਲੀ, ਲਵਲੀ ਫੈਮਿਲੀ। ਕਿਹੜੀ ਗੇਮ ਆ ਮੈਨੂੰ ਵੀ ਦੱਸ ਦੋ, ਕਿਹਦੇ ਕਿਹਦੇ ਪਈ ਜਾਂਦੀਆਂ ਚੱਕ ਸਭ ਤੋਂ ਜ਼ੋਰ ਦੀ ਕੌਣ ਮਾਰਦਾ? ਸੈਬੂ ਜ਼ੋਰ ਦਿਖਾਉਂਦਾ। ਗੁੰਨੂ ਦੀ ਵਾਰੀ ਆ ਗਈ, ਚੱਲ ਚੱਕ। ਸਹਿਜ ਨੇ ਸਲੋ ਮਾਰਿਆ, ਸਹਿਜ ਤੇਰੀ ਲਿਹਾਜ਼ ਕਰ ਗਈ। ਅਸੀਂ ਤਾਂ ਤੈਨੂੰ ਦੱਸਤਾ ਸੀ ਉੱਥੇ, ਜਲਦੀ ਜਲਦੀ ਗੁੰਨੂੰ ਯਾਦ ਕਰ ਰਹੀ ਹੈ ਭਾਈ। ਬਸ ਸੈਬੂ ਇੱਕ ਮਿੰਟ ਰੁੱਕ, ਉਹ ਤਾਂ ਹੁਣ ਰੇਲਵੇ ਸਟੇਸ਼ਨ ਤਾਂ ਲੰਘ ਗਿਆ, ਹੁਣ ਗੱਡੀ 'ਚ ਬੋਲਦੇ ਚੱਲ ਫਿਰ। ਸਵਾਗਤ ਆ ਤੁਹਾਡਾ, ਨਹੀਂ ਅਸੀਂ ਰੇਲਵੇ ਸਟੇਸ਼ਨ ਬੋਲਣਾ ਸੀ। ਸਵਾਗਤ ਆ ਤੁਹਾਡਾ ਰੇਲਵੇ ਸਟੇਸ਼ਨ ਤੇ। ਕਮਲੀ ਹੈ, ਕਮਲੀ ਭੁੱਲ ਗਈ, ਸਾਰੀ ਭੁੱਲ ਗਈ।
ਸਹੀ ਗੱਲ ਆ, ਸਹੀ ਗੱਲ ਆ। ਉਹ ਕਹਿੰਦਾ ਮੈਂ ਕੀ ਕਹੂੰਗਾ, ਵੀਰਾ ਕਹੂੰਗਾ, ਦੀਦੀ ਕਹੂੰਗਾ। ਤੇ ਫਿਰ ਉਧਰ ਤਾਂ ਦੱਸਿਆ ਨੀਗਾ ਵੀਰੇ ਨੂੰ ਕੀ ਕਹਿਣਾ ਸੀਗਾ। ਇਹ ਮੈਂ ਮਾਸੀ ਕਹੂੰ, ਫਿਰ ਮੈਂ ਉਹਨਾਂ ਨੂੰ ਕੀ ਕਹੂੰ, ਮਾਸੜ ਜੀ ਨੀ ਮੈਂ ਕਹਿਣਾ। ਲੋ ਜੀ ਇੱਥੇ ਆ ਗਿਆ ਸੀ ਨੂਰ ਦੀਦੀ ਦਾ ਫੋਨ। ਉਹਨਾਂ ਨੇ ਮੇਰੇ ਨਾਲ ਕਰਨੀ ਸੀ ਫਸਟ ਟਾਈਮ ਗੱਲ। ਉਹ ਮੇਰੇ ਨਾਲ ਗੱਲ ਕਰਨ ਤੋਂ ਝਿਜਕਦੇ ਸੀ। ਉਹ ਬਰਨ ਦੀਦੀ ਨੂੰ ਕਹਿ ਰਹੇ ਸੀਗੇ ਕਿ ਮੈਨੂੰ ਝਿਜਕ ਆ ਰਹੀ ਹੈ, ਪਤਾ ਨਹੀਂ ਉਹ ਮੇਰੇ ਨਾਲ ਗੱਲ ਕਰਨਗੇ ਕਿ ਨਹੀਂ। ਪਰ ਦੀਦੀ ਇੱਦਾਂ ਦੀ ਝਿਜਕ ਵਾਲੀ ਕੋਈ ਗੱਲ ਨਹੀਂ, ਆਪਾਂ ਖੁੱਲ੍ਹੇ ਦਿਲ ਦੇ ਬੰਦੇ ਹਾਂ, ਸਾਰਿਆਂ ਨਾਲ ਖੁੱਲ੍ਹੇ ਦਿਲ ਨਾਲ ਗੱਲ ਕਰਾਂਗੇ। ਪਤਾ ਨਹੀਂ ਕਿਉਂ ਇੱਦਾਂ ਲੱਗਦਾ ਕਿ ਅਸੀਂ ਕਿਸੇ ਨਾਲ ਗੱਲ ਨਹੀਂ ਕਰਾਂਗੇ, ਪਰ ਆਪਾਂ ਸਾਰਿਆਂ ਨਾਲ ਦਿਲੋਂ ਗੱਲ ਕਰਾਂਗੇ, ਖੁਸ਼ ਹੋ ਕੇ ਗੱਲ ਕਰਾਂਗੇ। ਕੋਈ ਵੀ ਕਰ ਸਕਦਾ ਸਾਡੇ ਨਾਲ ਬਿਨ ਟੈਨਸ਼ਨ ਫਰੀ ਹੋ ਕੇ। ਲਓ ਜੀ, ਕਹਿੰਦੇ ਕਹਿੰਦੇ ਪਿੱਕ ਕਰ ਲਿਆ ਸੀਗਾ ਬਾਈ ਉਹਨਾਂ ਨੇ, ਅਤੇ ਹੁਣ ਰੁਕੇ ਆਪਾਂ ਰਾਜਾ ਢਾਬਾ ਜਗਰਾਓਂ 'ਚ ਰੋਟੀ ਖਾ ਕੇ, ਅਤੇ ਫਿਰ ਅੱਗੇ ਨਿਕਲਾਂਗੇ। ਰੋ ਦੇਖਦੇ ਹਾਂ ਕੀ ਖਾਣਾ, ਸਨੈਕਸ ਖਾਣੇ, ਰੋਟੀ ਖਾਣਾ, ਕੀ ਖਾਂਦੇ ਆ ਬੱਚੇ, ਕੀ ਮੰਗਵਾਉਂਦੇ ਆ, ਫਿਰ ਆਪਾਂ ਉਹੀ ਖਾ ਪੀ ਲਵਾਂਗੇ, ਫਿਰ ਚਲਾਵਾਂਗੇ ਬਠਿੰਡੇ। ਲਓ ਜੀ, ਲਾਂਬਾ ਵੀ ਤਾਰਤਾ, ਅੱਜ ਭੈਣ ਦਾ ਭੈਣ ਉਹਨਾਂ ਨੂੰ ਵੀ ਮਿਲ ਲਏ, ਇਹਨਾਂ ਨੂੰ ਮਿਲਣਾ ਸੀ ਆਪਾਂ ਸਪੈਸ਼ਲ, ਇਹਨਾਂ ਨਾਲ ਵੀ ਮਿਲਾਪ ਹੋ ਗਿਆ ਆਪਣਾ। ਲਓ ਜੀ, ਇੱਥੇ ਆਪਾਂ ਹੁਣ ਡਿਸਕਸ਼ਨ ਚੱਲ ਰਹੀ ਸੀਗੀ ਕਿ ਰੀਲ ਬਣਾਈਏ। ਰੀਲ ਤੁਸੀਂ ਦੇਖ ਹੀ ਲਈ ਹੋਊਗੀ ਵਲੌਗ ਤੋਂ ਪਹਿਲਾਂ ਸਾਡੀ, ਕਿੱਦਾਂ ਦੀ ਲੱਗੀ ਰੀਲ ਇਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ। ਹੁਣ ਛੱਕਦੇ ਹਾਂ ਆਪਾਂ ਆਪਣੇ ਪੰਜਾਬ ਦਾ ਲੰਗਰ ਪਾਣੀ, ਭਾੜ ਦਾ ਤਾਂ ਖਾਏ ਪਹਾੜੀ, ਅਤੇ ਹੁਣ ਇਹ ਹੋ ਗਈਆਂ ਇਕੱਠੀਆਂ, ਹੁਣ ਮਾਰਨਗੀਆਂ ਗੱਲਾਂ ਬਾਤਾਂ, ਭੈਣਾਂ ਇਕੱਠੀਆਂ ਹੋ ਗਈਆਂ, ਗੱਲਾਂ ਬਾਤਾਂ ਮਾਰਨਗੀਆਂ। ਹੁਣ ਆਪ ਬਹੁਤ ਸੋਹਣਾ ਢਾਬਾ ਬਣਿਆ ਹੋਇਆ। ਓਏ ਰੌਲਾ ਨਾ ਪਾਓ, ਇਹ ਤਾਂ ਖੇਡੀ ਜਾਂਦੇ। ਆਰਡਰ ਕੀ ਕੀਤਾ, ਕਿਉਂ ਇਹ ਆਪਣੇ ਤੋਂ ਬਿਨਾਂ ਕਿਵੇਂ ਆਰਡਰ ਕਰ ਦੇਣਗੇ? ਆਰਡਰ ਕਰਤਾ ਲਓ ਜੀ, ਇੱਥੇ ਆਪਾਂ ਆਰਡਰ ਦੇ ਦਿੱਤਾ ਸੀਗਾ ਤੇ ਬੈਠੇ ਗੱਲਾਂ ਬਾਤਾਂ ਕਰ ਰਹੇ ਸੀ। ਵੀਰੇ ਨੂੰ ਅਸੀਂ ਇੱਕ ਕਾਲ ਕੀਤੀ ਕਿ ਸਾਨੂੰ ਗੱਡੀ ਕਰਵਾ ਦਿਓ ਬਠਿੰਡੇ ਜਾਣ ਵਾਸਤੇ, ਬਟ ਵੀਰਾ ਕਹਿੰਦਾ ਮੈਂ ਤੁਹਾਨੂੰ ਖੁਦ ਛੱਡ ਕੇ ਆਊਂਗਾ, ਨਾਲੇ ਆਪਾਂ ਮਿਲਾਂਗੇ। ਤਾਂ ਵੀਰਾ ਟੂਰ 'ਤੇ ਗਏ ਹੋਏ ਸੀਗੇ ਅਤੇ ਫਿਰ ਉਹ ਉੱਥੋਂ ਜਲਦੀ ਜਲਦੀ ਪਹੁੰਚੇ, ਜਦੋਂ ਤੱਕ ਸਾਡੀ ਟ੍ਰੇਨ ਸੀ ਉਹ ਸਾਰੀ ਫੈਮਿਲੀ ਲੈ ਕੇ ਲੁਧਿਆਣੇ ਪਹੁੰਚ ਚੁੱਕੇ ਸੀ। ਅਤੇ ਸਾਰਿਆਂ ਨੂੰ ਮਿਲ ਕੇ ਬਹੁਤ ਹੀ ਵਧੀਆ ਲੱਗਿਆ, ਜਿੱਦਾਂ ਦੇ ਵਲੌਗ 'ਚ ਦੇਖਦੇ ਸੀਗੇ ਸਾਰਿਆਂ ਦੀ ਫੈਮਿਲੀ ਦਾ ਨੇਚਰ ਉੱਦਾਂ ਹੀ ਸੀਗਾ, ਬੱਚੇ ਵੀ ਬਹੁਤ ਕਿਊਟ ਸੀ, ਬਹੁਤ ਲਵਲੀ ਸੀ, ਸਭ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਅਤੇ ਸਾਡਾ ਸਾਰਿਆਂ ਦਾ ਪਿਆਰ ਇੱਦਾਂ ਹੀ ਬਣਿਆ ਰਹੇ। ਲਓ ਜੀ, ਕਹਿੰਦੇ ਪਹਿਲਾ ਆਰਡਰ ਆ ਗਿਆ, ਕਹਿੰਦੇ ਕੌਣ ਆ ਗਿਆ, ਕਹਿੰਦੇ ਪਨੀਰ ਖਾ ਲਓ, ਆ ਦੋਵੇਂ ਖਾ ਲਓ ਸਾਹਿਬੋ। ਸਾਹਿਬ ਨੂੰ ਅਸੀਂ ਖਵਾਵਾਂਗੇ, ਸਾਡੇ ਨਾਲ ਖਾਣਗੇ ਅੱਜ। ਉਹ ਸਾਹਿਬੂ ਨੂੰ ਉਹ ਪੀਸ ਕਰਕੇ ਦਿੰਦਾ, ਸਾਹਿਬੂ ਨੂੰ ਔਖਾ ਨਾ ਆਉਣਾ ਪਵੇ। ਵੀਰੇ ਨੂੰ ਕਹਿ ਵੀਰੇ ਖਾ ਲਓ, ਕਹਿ ਵੀਰੇ ਖਾ ਲਓ। ਚਲੋ ਆ ਜਾਏ ਪਨੀਰ ਛੱਕੀ, ਪਹਾੜਾਂ ਦਾ ਖਾ ਕੇ ਹੁਣ ਆਪਾਂ ਪੰਜਾਬ ਦਾ ਖਾਣਾ ਖਾਣ ਲੱਗੇ। ਲਓ ਜੀ, ਇੱਥੇ ਆਪਣਾ ਪੀਜ਼ਾ ਆ ਗਿਆ ਸੀ, ਬੱਚੇ ਆਪਦਾ ਟੋਪਿੰਗ ਕਰ ਰਹੇ ਸੀ ਉੱਪਰ, ਅਤੇ ਆਪਾਂ ਆਪਦੀ
ਤੇ ਸੈਸ ਤਾਂ ਸਾਨੂੰ ਦੇਖ ਕੇ ਪੂਰੀ ਐਕਸਾਈਟਿਡ ਹੋਈ ਪਈ ਸੀ, ਕੁਛ ਬੋਲਦੀ ਵੀ ਨਹੀਂ ਸੀ, ਸੰਗਦੀ ਵੀ ਪਈ ਸੀ ਅਤੇ ਗੱਲਾਂ ਵੀ ਕਰਨਾ ਚਾਹੁੰਦੀ ਸੀਗੀ। ਅਰੇ ਚਾਚੂ ਨੂੰ ਦੇਖ ਕੇ ਤਾਂ ਸੰਗ ਹੀ ਰਹੀ ਸੀ ਬਾਰ ਬਾਰ, ਅਤੇ ਅਭੀ ਤਾਂ ਹੈਗਾ ਹੀ ਸ਼ਾਈ ਆ। ਸਾਰੇ ਬੱਚੇ ਇੱਕ ਦੂਜੇ ਨਾਲ ਇੰਨੇ ਰਲ ਮਿਲ ਗਏ ਸੀ, ਐਂ ਲੱਗਦਾ ਸੀਗਾ ਕਿ ਜਿਵੇਂ ਪਹਿਲਾਂ ਤੋਂ ਹੀ ਜਾਣਦੇ ਹੁੰਦੇ ਆ ਇੱਕ ਦੂਜੇ ਨੂੰ, ਪੂਰੇ ਵਧੀਆ ਦੇਖੋ ਗੱਲਾਂ ਬਾਤਾਂ ਮਾਰ ਰਹੇ, ਇੱਦਾਂ ਲੱਗ ਹੀ ਨਹੀਂ ਰਿਹਾ ਸੀਗਾ ਕਿ ਫਸਟ ਟਾਈਮ ਮਿਲੇ ਆ। ਸਾਰੇ ਬੱਚੇ ਬਹੁਤ ਸਿਆਣੇ ਸੀ। ਲਓ ਜੀ ਕਹਿੰਦੇ ਕਹਿੰਦੇ ਲੰਗਰ ਪਾਣੀ ਛਕ ਲਿਆ, ਅਤੇ ਹੁਣ ਕਿੰਨਾ ਟਾਈਮ ਹੋ ਗਿਆ, 6:50 ਹੋ ਗਏ ਇੱਥੇ ਬੈਠੇ, ਮੈਨੂੰ ਕਹਿੰਦਾ 2 ਘੰਟੇ ਹੋ ਗਏ, ਕਿੰਨਾ ਟਾਈਮ ਹੁਣ ਲੱਗ ਗਿਆ, ਗੱਲਾਂ ਬਾਤਾਂ ਮਾਰਦੇ ਰਹੇ ਨਾਲੇ ਨਾਲੇ ਖਾਣਾ ਛਕ ਲਿਆ। ਬਹੁਤ ਵੱਡਾ ਢਾਬਾ ਬਾਈ, ਹਜੇ ਨਵਾਂ ਬਣੀ ਜਾਂਦਾ ਹੈ ਬਟ ਪੁਰਾਣਾ, ਪਰ ਉਹਨੂੰ ਨਵੇਂ 'ਚ ਕਨਵਰਟ ਕਰੀ ਜਾਂਦੇ ਆ, ਘੈਂਟ ਬਣਾਈ ਜਾਂਦੇ ਆ, ਖਾਣ ਪੀਣ ਘੈਂਟ ਸੀਗਾ। ਗੱਡੀ ਆਪਣੀ ਉਹ ਖੜੀ, ਸੈਬੂ ਆਉਣੀ ਤਾਂ ਬਹਿ ਗਏ, ਅਤੇ ਮੈਡਮ ਸੈਬੂ, ਮੈਡਮ ਗੁੰਨੂ ਆਉਣੀ, ਭੈਣ ਆਉਣੀ ਰਹਿ ਗਈਆਂ, ਆਉਣ ਵਾਲੀਆਂ, ਦੇ ਆਰ ਕਮਿੰਗ ਬਾਏ, ਦੇ ਆਰ ਕਮਿੰਗ। ਜਦ ਮੈਂ ਦੇਖਾਂ ਔਗਣ ਆਪਣੇ, ਕੁਛ ਵੀ ਪੱਲੇ ਮੇਰੇ ਨਾ, ਕਿਆ ਬਾਤ ਹੈ। ਹਰਜੀਤ ਕਿਵੇਂ, ਆ ਜਾ ਥੋੜ੍ਹਾ ਸੈਰ ਕਰ ਲੈ, ਇੱਥੇ ਕਰ ਦਿਓ ਬਾਈ ਫੁੱਲ, CNG ਪਾਉਣ ਲੱਗਿਆ, ਆ ਜਾ ਗੁੰਨੂ, ਲਓ ਜੀ ਇੱਕ ਟੂਰ ਹੋਰ ਬਣ ਗਿਆ ਸਾਡਾ, ਉਹ ਵੀ ਤੁਹਾਨੂੰ ਅੱਗੇ ਜਾ ਕੇ ਮਿਲਾਵਾਂਗੇ, ਕਿਹਨਾਂ ਨੂੰ ਮਿਲਣ ਚੱਲੇ ਹਾਂ। ਅਤੇ ਸਾਰੀ ਫੈਮਿਲੀ ਬਾਹਰ ਆ ਗਈ ਹੁਣ ਇੱਕ ਵਾਰੀ, ਕੀ ਚੱਲ ਰਿਹਾ, ਲੱਤਾਂ ਬਾਹਾਂ ਸਿੱਧੀਆਂ ਕਰ ਲਈਏ, ਕਹਿੰਦੇ CNG ਭਰਾਉਣ ਲੱਗੇ ਸੀਗੇ, ਹੁਣ ਵਧੀਆ ਜੀ ਲੱਗਿਆ ਹੋਇਆ ਸਾਰਿਆਂ ਦਾ, ਉਹਨਾਂ ਦਾ ਵੀ ਸਾਡਾ ਵੀ। ਹਨੇਰੀ ਆ ਗਈ ਬਾਈ, ਕਹਿੰਦੇ ਹਨੇਰੀ, ਬਰਨਾਲੇ ਪਹੁੰਚਣ ਵਾਲੇ ਆਪਾਂ, ਸੰਘੇੜੇ ਆ 5 ਕਿਲੋਮੀਟਰ ਹੈ ਨਾ। ਹਾਂਜੀ ਹਾਂਜੀ, ਹੰਡਿਆਏ ਪਹੁੰਚ ਗਏ, ਕਹਿੰਦੇ ਕਹਿੰਦੇ ਹੰਡਿਆਏ ਬਾਬੇ, ਉਹ ਫਰੂਟਸ ਵਗੈਰਾ ਲੈਣੇ ਜਿਹਨਾਂ ਘਰੇ ਜਾਣਾ ਆਪਾਂ, ਉਹਨਾਂ ਵਾਸਤੇ ਫਰੂਟਸ ਲੈ ਲਈਏ, ਖਾਲੀ ਹੱਥ ਨਹੀਂ ਜਾਵਾਂਗੇ, ਪਹਿਲੇ ਵਾਰੀ ਚੱਲੇ ਆ ਘਰੇ ਉਹਨਾਂ ਦੇ, ਖਾਲੀ ਹੱਥ ਨਹੀਂ ਜਾਂਦੇ। ਮੈਂਗੋ ਆ ਤੇ ਐਪਲ, ਲਓ ਜੀ ਆਪਾਂ ਲੈ ਲਏ ਫਰੂਟਸ, ਉਧਰ ਭੈਣ ਹੋਣੀ ਲਈ ਜਾਂਦੇ ਮਿਠਾਈ, ਦੋਵੇਂ ਪਰਿਵਾਰਾਂ ਨੇ ਲੈ ਲਿਆ ਹੈ ਨਾ, ਖਾਲੀ ਹੱਥ ਨਹੀਂ ਜਾਂਦੇ, ਪਹਿਲੇ ਵਾਰੀ ਚੱਲੇ ਆ, ਉਹ ਵੀ ਵੇਟ ਕਰ ਰਿਹਾ ਸਾਡੀ। ਹਾਂ 8:30 ਹੋ ਗਏ, ਸਾਰੀ ਮਾਰਕੀਟ ਹੋ ਗਈ ਆ ਬੰਦ, ਅਤੇ ਜੇ ਬਠਿੰਡੇ ਹੁੰਦੇ ਫਿਰ ਤਾਂ ਆਪਾਂ ਵਾਧੂ ਕੁਛ ਲੈ ਜਾਂਦੇ, ਹੋਰ ਕੁਛ ਵੀ ਲੈ ਜਾਂਦੇ ਉਹਨਾਂ 'ਤੇ, ਬੱਚਿਆਂ ਵਾਸਤੇ ਵੀ ਲੈ ਜਾਂਦੇ, ਬਟ ਹੁਣ ਸ਼ੋਪਸ ਬੰਦ ਹੋ ਗਈਆਂ। ਦੁਕਾਨ ਮਿਲ ਗਈ, ਮੈਂ ਕਿਹਾ ਬੱਚਿਆਂ ਵਾਸਤੇ ਲੈ ਲਈਏ, ਨੂਰ ਦੀਦੀ ਦੇ ਬੱਚਿਆਂ ਵਾਸਤੇ, ਚੋਕਲੇਟਸ ਵਗੈਰਾ ਲੈ ਲਓ, ਬੱਚੇ ਖੁਸ਼ ਹੋ ਜਾਣਗੇ। ਰਾਤ ਨੂੰ ਕਿਹਾ ਆਹੀ ਹੈ, ਗੇਟ ਤਾਂ ਨਹੀਂ ਖੁੱਲਤਾ ਉਹਨਾਂ ਨੇ। ਲਓ ਜੀ ਸਹੀ ਜਗ੍ਹਾ ਤੇ ਪਹੁੰਚ ਗਏ, ਸਹੀ ਲੋਕੇਸ਼ਨ, 9:15 ਬਸ ਆਪੇ ਹੋ ਜੂਗੀ, ਆਪੇ ਹੋ ਜੂਗੀ। ਚਲ ਸਤਿ ਸ਼੍ਰੀ ਅਕਾਲ ਦੀਦੀ, ਹੋਰ ਠੀਕ ਹੋ? ਹਾਂਜੀ ਹਾਂਜੀ। ਇੱਥੇ ਵੀ ਨੇਰੀ ਚੱਲੀ ਜਾਂਦੀ ਹੈ।
ਹੈਲੋ ਨੂਰ, ਰੋਊਗੀ ਵਿਚਾਰੀ, ਨੀਂਦ ਖਰਾਬ ਕਰਤੀ ਤੇਰੀ। ਲਓ ਜੀ, ਹੁਣ ਆਪਾਂ ਪਹੁੰਚ ਗਏ ਸੀ ਮਾਨਸਾ। ਰਾਤ ਦਾ ਟਾਈਮ ਹੋ ਗਿਆ ਸੀ, 9:30 ਹੋ ਗਏ ਸੀਗੇ। ਇਹ ਆ ਨੂਰ ਦੀਦੀ ਵਾਲੇ, ਨੂਰ ਫੈਮਿਲੀ ਵਲੌਗਸ ਵਾਲੇ। ਆ ਨੂਰ ਪੁੱਤ ਸੁੱਤਾ ਪਿਆ ਸੀ, ਜਿਹਨੂੰ ਸਪੈਸ਼ਲੀ ਅਸੀਂ ਮਿਲਣ ਆਏ ਸੀ, ਸੋਹਣੀਆਂ ਸੋਹਣੀਆਂ ਗੱਲਾਂ ਸੁਣਨ ਆਏ ਸੀ, ਪਰ ਗੂੜੀ ਨੀਂਦ 'ਚ ਸੀਗੀ, ਉੱਠੀ ਨਹੀਂ ਵਿਚਾਰੀ। ਮਿਲ ਕੇ ਬਹੁਤ ਵਧੀਆ ਲੱਗਿਆ, ਇਹ ਫੈਮਿਲੀ ਨੂੰ ਵੀ ਬਹੁਤ ਖੁਸ਼ੀ ਹੋਈ, ਬਹੁਤ ਵਧੀਆ ਅਤੇ ਨਾਈਸ ਫੈਮਿਲੀ ਸੀ ਇਹ ਵਾਲੀ ਵੀ। ਅੱਜ ਦੋ ਫੈਮਿਲੀਜ਼ ਨੂੰ ਇਕੱਠੇ ਮਿਲਿਆ ਗਿਆ, ਇਹ ਸੋਚਿਆ ਹੀ ਨਹੀਂ ਸੀਗਾ ਵੀ ਇੱਦਾਂ ਵੀ ਹੋ ਸਕਦਾ, ਪਰ ਰੱਬ ਜੋ ਚਾਹੁੰਦਾ ਵਧੀਆ ਹੀ ਕਰਦਾ। ਦੋ ਫੈਮਿਲੀਜ਼ ਦਾ ਮਿਲਾਪ ਹੋ ਗਿਆ ਅਤੇ ਸਾਰੇ ਹੀ ਨਾਈਸ ਪਰਸਨ ਸੀ। ਦੇਖਣਾ ਆਇਓ ਸਾਹਿਬ, ਕਿੱਧਰ ਚਲੇ ਗਿਆ ਉਹ ਬੇਟਾ ਸਾਹਿਬ? ਨੂਰ ਉੱਠ ਗਈ, ਉਦਾਂ ਗੱਦਾ ਕਰਦਾ ਮੈਂ ਆਪਣੀ ਮਾਸੀ ਜੀ ਕੋਲ ਜਾਣਾ। ਆ ਨੂਰ ਫੈਮਿਲੀ ਵਾਲਿਆਂ ਕੋਲ, ਮਾਸੀ ਜੀ ਕੋਲ ਜਾਣਾ ਵਜਾਣਾ। ਇਹ ਲਾਈਵ 'ਤੇ ਨਾਮ ਲੈਂਦਾ ਹੁੰਦਾ ਨਾ ਤੁਹਾਡੇ, ਫਿਰ ਹੁਣ ਤਾਂ ਬੋਲਦੇ ਲਓ ਜੀ। ਇੱਥੇ ਨੂਰ ਦੀਦੀ ਸਾਨੂੰ ਆਪਦਾ ਘਰ ਦਿਖਾ ਰਹੇ ਸੀ, ਇਹ ਆ ਦੀਦੀ ਦਾ ਸੈਲੂਨ। ਤੁਸੀਂ ਵੀ ਸਾਡੇ ਨਾਲ ਦੀਦੀ ਦਾ ਸੈਲੂਨ ਦੇਖੋ ਕਿੱਦਾਂ ਬਹੁਤ ਸੋਹਣਾ ਬਣਿਆ ਹੋਇਆ ਸੀ, ਘੈਂਟ ਬਣਿਆ ਹੋਇਆ ਸੀਗਾ। ਅਤੇ ਜਿਹੜੇ ਵੀ ਨੇੜੇ ਤੇੜੇ ਮਾਨਸਾ ਵਾਲੇ ਆ ਤਾਂ ਪਹੁੰਚੋ ਦੀਦੀ ਕੋਲ ਆਪਦੇ ਸਰਵਿਸ ਲਈ। ਅਤੇ ਇਹ ਉਹ ਰਿਸ਼ਤੇ ਸੀਗੇ ਜਿਹੜੇ ਖੂਨ ਤੋਂ ਵੀ ਵੱਧ ਗਏ ਸੀ। ਬਹੁਤ ਵਧੀਆ ਲੱਗਿਆ ਦੋ ਭੈਣਾਂ ਨੂੰ ਮਿਲ ਕੇ। ਮੇਰੇ ਰੀਅਲ 'ਚ ਕੋਈ ਸਿਸਟਰ ਨਹੀਂ ਹੈਗੀ, ਤਾਂ ਸ਼ਾਇਦ ਰੱਬ ਨੇ ਇਹੀ ਮੈਨੂੰ ਭੈਣਾਂ ਦਿੱਤੀਆਂ। ਤਾਂ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ, ਦੀਦੀ ਦੀ ਫੈਮਿਲੀ ਬਹੁਤ ਵਧੀਆ ਸੀ। ਅੰਕਲ ਜੀ ਨੂੰ ਮਿਲ ਕੇ ਵੀ ਬਹੁਤ ਵਧੀਆ ਲੱਗਿਆ, ਬਹੁਤ ਹੀ ਨਾਈਸ ਪਰਸਨ ਸੀ ਅੰਕਲ ਜੀ, ਬਹੁਤ ਹੀ ਸਾਦੇ ਅਤੇ ਸਿੰਪਲ ਜਿਹੇ ਸੁਭਾਅ ਦੇ ਸੀਗੇ, ਬਹੁਤ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ। ਲੋ ਟਾਈਮ ਦੇਖ ਲਓ, ਕਹਿੰਦੇ ਕਿੰਨਾ ਹੋ ਗਿਆ, 11 ਵੱਜ ਗਏ, ਘਰੇ ਨਹੀਂ ਗਏ ਹਜੇ। ਬਾਈ ਉਹਨਾਂ ਨੂੰ ਰੋਟੀ ਖਵਾ ਦੀ ਹੈ, ਸ਼ਾਮ ਢਾਬੇ 'ਤੇ ਲਿਆਏ, ਬਠਿੰਡੇ ਆਏ ਆ ਪਹਿਲੀ ਵਾਰੀ। ਭੈਣ ਆਉਣੀ ਆ ਅਤੇ ਰੋਟੀ ਖਵਾ ਕੇ ਫਿਰ ਘਰ ਜਾਵਾਂਗੇ। ਚੱਲ ਮੰਮਾ ਕੋਲ ਆਉਂਦਾ, ਜਿੱਥੇ ਆਪਾਂ ਖਾਂਦੇ ਹੁੰਦੇ ਸ਼ਾਮ ਢਾਬੇ 'ਤੇ ਉੱਥੇ ਲੈ ਕੇ ਆਏ ਆਪਾਂ। ਲਓ ਜੀ, ਇੱਥੇ ਪਹੁੰਚ ਗਏ ਸੀ ਆਪਾਂ ਆਪਣੇ ਸ਼ਾਮ ਢਾਬੇ 'ਤੇ, ਦੇ ਰਹੇ ਸੀ ਆਰਡਰ। ਅਤੇ ਗੁੰਨੂ ਦੀ ਹੋਈ ਪਈ ਸੀ ਬੱਸ ਵਿਚਾਰੀ ਦੀ, ਦੀਦੀ ਗੁੰਨੂ ਦੀਆਂ ਲੱਤਾਂ ਘੁੱਟੀਆਂ ਨਹੀਂ ਸੀ। ਸਹਿਜ ਨੂੰ ਬਹੁਤ ਟੈਨਸ਼ਨ ਹੋਈ ਪਈ ਸੀ ਗੁੰਨੂ ਦੀ, ਵੀ ਗੁੰਨੂ ਇੰਨੀ ਜ਼ਿਆਦਾ ਬਿਮਾਰ ਹੋ ਗਈ। ਗੁੰਨੂ ਦੀ ਤਾਂ ਇੱਥੇ ਆ ਕੇ ਜਮ੍ਹਾਂ ਬੱਸ ਹੀ ਹੋ ਗਈ ਸੀਗੀ, ਉੱਥੋਂ ਸਫ਼ਰ 'ਚੋਂ ਸਹੀ ਆਈ ਅਤੇ ਨੇੜੇ ਆ ਕੇ ਬਿਮਾਰ ਹੋ ਗਿਆ ਸਾਡਾ ਪੁੱਤ। ਪਹਿਲਾਂ ਹੀ ਲਿਆਉਣਗੇ ਉਹ ਗਲਾਸ, ਲੈ ਗਿਆ ਸਾਡੇ ਗਲਾਸ, ਉਹ ਦੇ ਗਲਾਸ ਚੋਰ, ਗਲਾਸ ਚੋਰ। ਉਹ ਦੇਖੋ ਸਹਿਜ ਪੁੱਤ, ਗੁੰਨੂ ਦੀ ਲੱਤਾਂ ਘੁੱਟੀ ਜਾਂਦੀਆਂ ਪਿਆਰੇ, ਅੱਜ ਪਹਿਲੀ ਵਾਰੀ ਮਿਲੇ ਨਾਲੇ, ਦੇਖ ਲਓ ਕਿੰਨਾ ਪਿਆਰ ਇਹਨਾਂ 'ਚ। ਹਾਂ ਰੋਟੀ ਖਾ ਲਈ, ਪਰ ਹਿੰਮਤ ਰੱਖ, ਹਿੰਬਸ ਹੁਣ ਬਠਿੰਡੇ ਆ ਗਏ ਆਪਾਂ, ਇਹਨਾਂ ਨੇ ਹੁਣ ਵਾਪਸ ਜਾਣਾ, ਅਸੀਂ ਕਿਹਾ ਕਿ ਰਹੋ ਤੁਸੀਂ, ਇਹਨਾਂ ਨੇ ਵਾਪਸ ਜਾਣਾ ਖੰਨੇ। ਸੰਘ ਗਿਆ, ਸੰਘ ਗਿਆ। ਆ ਕੀ ਬਣਾਤਾ ਉਹ ਗਲਾਸਾਂ ਦਾ, ਗਲਾਸਾਂ ਦੀ ਟ੍ਰੇਨ ਬਣਾਤੀ।
ਰੋਟੀ ਆ ਗਈ ਆਪਣੀ, ਡਿਨਰ ਆ ਗਿਆ ਰਾਤ ਦਾ 11:30 ਵਜੇ। ਅਤੇ ਗੁੰਨੂ ਮੈਡਮ ਬਿਮਾਰ ਉਲਟੀਆਂ ਕਰੀ ਜਾਂਦੀ ਹੈ ਕਦੋਂ ਦੀ, ਜਦੋਂ ਦੇ ਅਸੀਂ ਲੁਧਿਆਣੇ ਤੋਂ ਤੁਰੇ ਉਲਟੀਆਂ ਕਰਦੀ ਆ ਰਹੀ ਹੈ, 10-12 ਉਲਟੀਆਂ ਕਰਦੀ ਹੈ। ਬਸ ਹੁਣ ਘਰ ਜਾਣਾ, ਫਿਰ ਰੈਸਟ ਹੋ ਜੂਗਾ, ਥਕਾਵਟ ਹੋ ਗਈ ਨਾ ਕਰਕੇ ਹੋ ਗਿਆ, ਕਦੇ ਚੜ੍ਹਾਈ ਇੰਨੀ ਕੀਤੀ ਨਹੀਂ ਬੱਚਿਆਂ ਨੇ। ਲਓ ਜੀ, ਇੱਥੇ ਡਿਨਰ ਸਟਾਰਟ ਕਰਤਾ ਸੀ, ਨਾਲ ਨਾਲ ਖਾਣਾ ਖਾ ਰਹੇ ਸੀ ਅਤੇ ਨਾਲ ਨਾਲ ਚੱਲ ਰਹੀਆਂ ਸੀ ਗੱਲਾਂ ਬਾਤਾਂ। ਬਾਈ ਨੇ ਇੱਕ ਫੁਲਕਾ ਖਾ ਰਿਹਾ ਸੀ ਪਰ ਵੀਰੇ ਨੂੰ ਨੀਂਦ ਆ ਰਹੀ ਸੀ, ਉਹਨਾਂ ਨੂੰ ਚਾਹ ਨਹੀਂ ਮਿਲੀ। ਕਹਿੰਦੇ ਸੀ ਸੁਬਾਹ ਹੀ ਚਾਹ ਮਿਲਦੀ ਆ, ਇਸ ਵੇਲੇ ਨਹੀਂ ਦਿੰਦੇ ਅਸੀਂ। ਅਤੇ ਫਿਰ ਮੈਂ ਕਿਹਾ ਚਲੋ ਘਰ ਜਾ ਕੇ ਬਾਈ ਨੂੰ ਕੈੜੀ ਜਿਹੀ ਚਾਹ ਬਣਾਉਂਦੇ ਹਾਂ, ਪਿਆਉਂਦੇ ਹਾਂ। ਉਹਨਾਂ ਨੂੰ ਕਿਹਾ ਸੀਗਾ ਕਿ ਰਹਿ ਪਓ ਤੁਸੀਂ, ਸੁਬਾਹ ਚਲੇ ਜਾਇਓ, ਪਰ ਨਹੀਂ ਮੰਨੇ ਕਿਉਂਕਿ ਮਿੱਠੂ ਪਾਵਲੋ ਇਕੱਲੇ ਸੀ ਘਰ, ਇਸ ਕਰਕੇ ਜਾਣਾ ਵੀ ਜ਼ਰੂਰੀ ਸੀ। ਲਓ ਜੀ, ਡਿਨਰ ਕਰਿਆ ਸੀ, ਹੁਣ ਬੱਚੇ ਖਾ ਰਹੇ ਆਈਸਕ੍ਰੀਮ। ਗੁੰਨੂ ਦਾ ਸਾਡਾ ਬਿਮਾਰ, ਉਹ ਤਾਂ ਸੌ ਗਿਆ ਸੀ ਉੱਪਰ, ਹੁਣ ਲਿਆ ਕੇ ਉੱਥੇ ਬਿਠਾ ਤੀ। ਬਾਈ ਨੂੰ ਚਾਹ ਨਹੀਂ ਮਿਲੀ। ਗੁੰਨੂ ਫਿਰ ਸੌ ਗਿਆ, ਗੁੰਨੂ ਤਾਂ ਵਿਚਾਰੀ ਅੱਜ ਢਿੱਲੀ ਹੋਈ ਆ, ਸੌਣ 'ਤੇ ਹੀ ਆ। ਬਲੈਕ ਕਰੰਟ ਅਭੀ ਨੇ ਕਿਹੜੀ ਲੈਣੀ ਆ? ਮੈਂਗੋ ਸਾਹਿਬ ਨੇ ਕਿਹੜੀ ਲਈ ਆ? ਬਲੈਕ ਕਰੰਟ। ਤੁਸੀਂ ਕਿਹੜੀ ਲੈਣੀ ਆ? ਉਹ ਸੌ ਗਈ ਉੱਥੇ। ਤੁਸੀਂ ਕਿਹੜੀ ਲੈਣੀ ਆ? ਜਿਹੜਾ ਮਰ ਲਓ ਜੀ, ਆਪਾਂ ਵੀ ਲੈ ਲਈ ਬਲੈਕ ਕਰੰਟ। ਉਹ ਦੇਖ, ਦੀਦੀ ਦੀਦੀ ਨੂੰ ਫੜ ਕੇ ਲੈ ਜਾਂਦੀ ਆ, ਕਿੰਨਾ ਪਿਆਰਾ ਭੈਣਾਂ 'ਚ। ਗੁੰਨੂ ਤਾਂ ਵਿਚਾਰੀ ਅੱਜ ਸਾਡੀ ਮਸਾਂ ਟਾਈਮ ਪੂਰਾ ਕੀਤਾ ਨੇ, ਫੜ ਫੜ ਕੇ ਫੜ ਫੜ ਕੇ ਫੜ ਫੜ ਡਿੱਗ ਨਾ ਜਾਏ। ਲਓ ਜੀ, ਟਾਈਮ ਹੋ ਗਿਆ 11:43 ਹੋ ਗਏ, ਢਾਬਾ ਲਾਸਟ ਕਸਟਮਰ ਅਸੀਂ ਸੀਗੇ, ਅਸੀਂ ਨਿਕਲੇ ਤਾਂ ਉਹ ਬੰਦ ਕਰਨ ਲੱਗ ਗਏ ਢਾਬਾ। ਆਈਸਕ੍ਰੀਮ ਛਕੀ ਜਾ ਰਹੀ, ਕੀ ਛਕੀ ਜਾ ਰਹੀ ਹੈ? ਕਹਿੰਦੇ ਆਈਸਕ੍ਰੀਮ ਛਕੀ ਜਾ ਰਹੀ ਹੈ। ਇੱਧਰ ਜਗਰਾਤਾ ਚੱਲੀ ਜਾਂਦਾ, ਆਪਦੇ ਸ਼ਹਿਰ ਬਠਿੰਡੇ ਆ ਗਏ, ਜਗਰਾਤਾ ਚੱਲੀ ਜਾਂਦਾ। ਲਓ ਜੀ, ਇੱਥੇ ਫਾਈਨਲੀ ਆਪਾਂ ਪਹੁੰਚ ਗਏ ਸੀ ਘੁੰਮਦੇ ਕਮਾਉਂਦੇ ਘਰੇ, ਅਤੇ ਇੱਥੇ ਵੀ ਇਹੀ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਰਹਿ ਪਓ ਤੁਸੀਂ ਨਾ ਜਾਓ, ਅਤੇ ਬਹੁਤ ਲੇਟ ਹੋ ਗਿਆ। ਪਰ ਬਾਈ ਕਹਿੰਦਾ ਚਾਹ ਪੀ ਕੇ ਮੇਰੀਆਂ ਅੱਖਾਂ ਖੁੱਲ੍ਹ ਜਾਣੀਆਂ, ਆਪਾਂ ਨੇ ਚਲੇ ਜਾਣਾ ਗਾ, ਤੁਸੀਂ ਟੈਨਸ਼ਨ ਨਾ ਲਓ, ਸਾਡਾ ਤਾਂ ਰੋਜ਼ ਦਾ ਹੀ ਕੰਮ ਆ, ਕਹਿੰਦੇ ਇਹ ਸਾਡੇ ਗੰਦੇ ਬੱਚੇ। ਤੁਸੀਂ 2 ਮਿੰਟ ਖੇਡ ਲਓ ਵੀਰੇ, ਵੀਰੇ ਇਕੱਠੇ ਰੱਖੋ ਫੋਨ, ਸਾਹਿਬ ਖੇਡੋ, ਚਲੋ ਖੇਡ ਲੈ। ਪੁੱਤ ਖੇਡ ਲਓ 2 ਮਿੰਟ ਸਾਹਿਬ, ਗੇਮਾਂ ਤਾਂ ਘਰੇ ਵੀ ਖੇਡੀ ਜਾਣੀਆਂ ਗੰਦੇ ਕੰਮ। ਸਾਹਿਬ ਆ ਜਾ ਲੈਣਾ ਨੀ, ਬਾਹਰੋਂ ਭੱਜ ਲੈ, ਪਾਰਕ ਚ ਭੱਜ ਜਾ, ਪਾਰਕ ਡਿੱਗਣਾ ਵੀ ਡਿੱਗਣਾ। ਉਹ ਸੱਚੀ ਪਾਰਕ ਚ ਭੱਜ ਗਿਆ। ਪੈਸੇ ਨਾਲ ਥੋੜਾ ਵਰਤਣਾ, ਪੈਸਿਆਂ ਪਿੱਛੇ ਲੜਾਈ ਹੋ ਜਾਂਦੀ ਹੈ।
ਆ ਨਹੀਂ ਨਹੀਂ ਵਾਲਾ ਰੌਲਾ ਪੈ ਜਾਂਦਾ ਪੈਸਿਆਂ ਦਾ। ਹਾਂਜੀ ਭੇਜ ਦਾਂਗੇ ਸ਼ੀਸ਼ਾ ਚੜਾ ਲਾ। ਬਾਏ ਬਾਏ ਬਾਏ। ਠੀਕ ਆ ਬਾਈ, ਸ਼ੁਕਰੀਆ, ਥੈਂਕ ਯੂ ਦੀਦੀ। ਹਾਂ ਬਾਏ ਬਾਏ ਬਾਏ। ਜ਼ਰੂਰ ਪੱਕਾ 100% ਲੋ ਕਰ ਲਾ, ਪੱਕਾ ਆਵਾਂਗੇ। ਚਲੋ ਧਿਆਨ ਨਾਲ, ਨਾਲੇ ਫੋਨ ਕਰ ਦਿਓ ਪਹੁੰਚ ਕੇ। ਓਕੇ ਬਾਏ 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 ਸਹਿਜ। ਹੋਰ ਸਪੈਸ਼ਲ ਆਪਣੇ ਵਾਸਤੇ ਆਏ ਖੰਨੇ ਤਾਂ। 12:30 ਹੋ ਗਏ ਭਾਈ, 11:30 ਬਠਿੰਡੇ ਪਹੁੰਚੇ। ਉਹ ਚਲੇ ਗਏ ਤੇ ਇੱਧਰ ਗੁੰਨੂ ਬਿਮਾਰ ਹੋ ਗਈ, ਗੁੰਨੂ ਪਈ ਹੈ। ਲਓ ਜੀ ਘਰੇ ਪਹੁੰਚ ਗਏ, ਹੁਣ ਕਰੀਏ ਵਲੌਗ ਦਾ ਡੇਟ ਐਂਡ। ਬਹੁਤ ਵੱਡਾ ਹੋ ਗਿਆ ਹੁਣ ਵਲੌਗ, 12:30 ਹੋ ਗਏ ਰਾਤ ਦੇ ਜੀ, ਘਰੇ ਪਹੁੰਚ ਗਏ ਅਸੀਂ। ਘਰੇ ਪਹੁੰਚੇ ਅਸੀਂ ਬਰਨ ਫੈਮਿਲੀ ਦੀ ਸਹਾਇਤਾ ਨਾਲ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਡੀ ਇੱਕ ਕਾਲ 'ਤੇ ਮਿਲਣ ਆਉਣਾ ਸੀ ਉਹਨਾਂ ਨੇ, ਵੈਸੇ ਆਏ ਨਹੀਂ ਵਾਲੇ ਸੀ ਕਿ ਬਠਿੰਡੇ ਤੱਕ ਆ ਜਾਣਗੇ ਮਿਲਣ, ਇੰਨਾ ਵੱਡਾ ਦੌਰ ਹੋ ਜੂਗਾ। ਪਰ ਮਿਲ ਕੇ ਬਹੁਤ ਖੁਸ਼ੀ ਹੋਈ, ਬਹੁਤ ਵਧੀਆ ਫੈਮਿਲੀ ਲੱਗੀ ਅਤੇ ਸਾਡਾ ਸਾਰਿਆਂ ਦਾ ਪਿਆਰ ਇੱਦਾਂ ਹੀ ਬਣਿਆ ਰਿਹਾ। ਨਜ਼ਰ ਨਾ ਲੱਗੇ ਕਿਆ, ਨਜ਼ਰ ਨਾ ਲੱਗੇ ਕਿਸੇ ਦੇ, ਕੋਈ ਵੀ ਸਾਨੂੰ ਮਿਲ ਸਕਦਾ। ਖੁੱਲ੍ਹੇ ਦਿਲ ਨਾਲ ਇੱਦਾਂ ਹੀ ਪਿਆਰ ਕਰਦੇ ਰਹੋ, ਸਾਡੇ ਵੱਲੋਂ ਖੁੱਲ੍ਹੇ ਸੱਦੇ ਆ ਸਭ ਨੂੰ। ਬਹੁਤ ਬਹੁਤ ਸ਼ੁਕਰੀਆ ਨਾਲੇ ਉਹਨਾਂ ਦਾ, ਸਾਨੂੰ ਛੱਡਣ ਆਏ ਨਹੀਂ ਦੂਰ, ਹੁਣ ਗਏ ਆ ਉਹ, 3 ਵਜੇ ਪਹੁੰਚਣਗੇ ਉਹ, 3 ਵਜੇ ਪਹੁੰਚਣਗੇ ਖੰਨੇ। ਕੋਈ ਕਰਦਾ ਐਂ ਦੇਖ ਲਓ, ਕੋਈ ਨਹੀਂ ਕਰਦਾ ਆਪਦੀ ਨੀਂਦ ਖਰਾਬ ਕਰਕੇ, ਆਪਦਾ ਖਰਚਾ ਕਰਕੇ, ਕਿਸੇ ਨੂੰ ਨਹੀਂ ਛੱਡਣਾ ਆਉਂਦਾ, ਸਾਰੀ ਉਮਰ ਦੇ ਨਹੀਂ ਦੇ ਸਕਦੇ, ਸਾਬਤ ਕਰਤਾ ਗੱਲ ਸਹੀ ਹੈ। ਬਹੁਤ ਬਹੁਤ ਗੁੰਨੂ ਬਿਮਾਰ ਹੋਈ ਫਿਰਦੀ ਵਿਚਾਰੀ। ਚਲੋ ਮੈਨੂੰ ਠੀਕ ਕਰਦੇ ਜੀ, ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਸਮਾਪਤ। ਲਾਈਕ ਕਰ ਦਿਓ, ਦੇਖੋ ਤੁਸੀਂ ਵਲੌਗ, ਲਾਈਕ ਸ਼ੇਅਰ ਕਰਕੇ ਜੂਜ